ਬਣੀਆਂ ਮੌਤ ਨਹੀਂ ਮਿਲਦੀ ਇਸ ਬੱਚੇ ਨੂੰ ਇਹਨੂੰ ਅਜੇ ਜਨਾਬ ਆਪਣੇ ਅੱਲਾਹੁ ਅਕਬਰ ਅੱਲਾਹ ਮੌਤ ਨਹੀਂ ਮਿਲਦੀ ਇਹਨਾਂ ਬੱਚਿਆਂ ਨੂੰ ਅਜੇ ਬਾਬੇ ਦੀਆਂ ਬੜੀਆਂ ਲੋਣਾਂ ਨੇ ਮੌਤ ਨਹੀਂ ਮਿਲਦੀ ਅਜੇ ਬੁੱਢੀ ਅੰਮਾ ਨੂੰ ਆਪਣੇ ਜਵਾਨ ਦੀਆਂ ਬੜੀਆਂ ਹੀ ਲੋਣਾਂ ਨੇ ਮੌਤ ਨਹੀਂ ਮਿਲਦੀ ਇਹਨਾਂ ਭਰਾਵਾਂ ਨੂੰ ਆਪਣੇ ਭਰਾ ਦੀਆਂ ਬੜੀਆਂ ਹੀ ਲੋੜਾਂ ਨੇ ਮੌਤ ਨਹੀਂ ਮਿਲਦੀ ਅਜੇ ਜਮਾਤ ਨੂੰ ਅਲਾਮਾ ਇਹਸਾਨ ਦੀਆਂ ਬੜੀਆਂ ਹੀ ਲੋੜਾਂ ਸਨ ਮੌਤ ਨਹੀਂ ਮਿਲਦੀ ਅਜੇ ਜਮਾਤ ਨੂੰ ਯਜ਼ਦਾਨੀ ਸ਼ਹੀਦ ਦੀਆਂ ਬੜੀਆਂ ਹੀ ਲੋੜਾਂ ਸਨ ਮੌਤ ਨਹੀਂ ਮਿਲਦੀ ਅਜੇ ਮੌਲਾ ਹੁਸੈਨ ਸ਼ੇਖਪੁਰੀ ਦੀਆਂ ਬੜੀਆਂ ਹੀ ਲੋੜਾਂ ਸਨ ਮੌਤ ਨਹੀਂ ਮਿਲਦੀ ਅਜੇ ਪਿੰਡ ਵਾਲਿਆਂ ਨੂੰ ਇਸ ਚੌਧਰੀ ਤੇ ਨੰਬਰਦਾਰ ਦੀਆਂ ਬੜੀਆਂ ਹੀ ਲੋੜਾਂ ਸਨ ਮੌਤ ਨਹੀਂ ਵੇਂਦੀ ਅਜੇ ਇਸ ਮਸਜਿਦ ਵਾਲਿਆਂ ਨੂੰ ਇਮਾਮ ਤੇ ਖਤੀਬ ਦੀਆਂ ਬੜੀਆਂ ਹੀ ਲੋੜਾਂ ਸਨ ਉਹ ਵੀਰਾ ਜਦੋਂ ਮੌਤ ਦਾ ਪਿਆ ਮੰਨਦਾ ਹੈ ਇੰਨਾ ਅਜਲ ਅੱਲਾਹ ਅਖਰ ਇੱਕ ਸੈਕਿੰਡ ਦਾ ਵੀ ਫਰਕ ਨਹੀਂ ਪੈਣ ਦਿੰਦੇ ਮਲਕੁਲ ਮੌਤ ਦੀਆਂ ਟੀਮਾਂ ਆ ਜਾਂਦੀਆਂ ਨੇ ਇੱਕ ਸੈਕਿੰਡ ਦਾ ਵੀ ਫਰਕ ਨਹੀਂ ਪੈਣ ਦਿੰਦੇ ਅੱਲਾ ਦੀ ਕਸਮ ਸਖਤੀਆਂ ਮੌਤ ਦੀਆਂ ਵੀ ਬੜੀਆਂ ਨੇ ਅੱਲਾ ਦੇ ਨਬੀ ਫਰਮਾਉਂਦੇ ਨੇ ਅੱਲਾਹੁ ਅਕਬਰ ਅੱਲਾਹ ਇਸ ਵਾਸਤੇ ਮੌਤ ਨੂੰ ਯਾਦ ਕਰਿਆ ਕਰਨਾ ਕਹਿਣਾ ਦੇ ਸਰਦਾਰ ਨਬੀ ਕੋਲ ਇੱਕ ਬੰਦੇ ਨੇ ਸਵਾਲ ਕਰ ਦਿੱਤਾ ਆਂਦਾ ਸੋਹਣਿਆ ਮੋਮਨਾ ਦੇ ਅੰਦਰੋਂ ਸਭ ਤੋਂ ਅਕਲਮੰਦ ਮੋਮਨ ਕੌਣ ਹੈ ਆਪ ਫਰਮਾਉਂਦੇ ਨੇ ਅਕਸਰਹੁਮ ਜ਼ਿਕਰਨ ਲਿਲ ਮੌਤੀ ਵਾ ਇਸਤਿਆਦ ਲਹੂ ਜਿਹੜਾ ਮੋਮਨ ਮੌਤ ਨੂੰ ਸਭ ਤੋਂ ਵੱਧ ਕੇ ਯਾਦ ਕਰਦਾ ਹੈ ਨਾਲੇ ਮੌਤ ਦੀਆਂ ਤਿਆਰੀਆਂ ਕਰਦਾ ਹੈ ਕਹਿਣਾ ਤੇ ਸਰਦਾਰ ਫਰਮਾਉਂਦੇ ਸਭ ਤੋਂ ਅਕਲਮੰਦ ਮੋਮਨ ਉਹ ਵੀਰਾ ਮੌਤ ਨੂੰ ਯਾਦ ਰੱਖਿਆ ਕਰ ਆਪਣੀ ਮੌਤ ਨੂੰ ਨਾ ਭੁੱਲ ਮੌਤ ਵਾਲਾ ਮਾਮਲਾ ਵੀ ਬੜਾ ਸਖਤ ਹੈ ਕਬਰ ਵਾਲਾ ਮਾਮਲਾ ਵੀ ਬੜਾ ਸਖਤ ਹੈ ਕਾਇਨਾਤ ਦੇ ਸਰਦਾਰ ਫਰਮਾਉਂਦੇ ਨੇ ਇੱਕ ਜਿਹੜਾ ਕਬਰ ਦੇ ਅੰਦਰ ਬੇਨਮਾਜ਼ੀ ਬੰਦਾ ਲੁੱਚਾ ਤੇ ਲਫੰਗਾ ਬੰਦਾ ਕਾਫਰ ਤੇ ਬੇਈਮਾਨ ਬੰਦੇ ਤੇ ਇੱਕ ਘੱਟ 99 ਸੱਪ ਲੱਗ ਜਾਣੇ ਨੇ ਔਰ ਜਿੰਨੇ ਇੱਕ ਵਾਰੀ ਡੰਗ ਮਾਰਿਆ 40 ਸਾਲ ਤੱਕ ਦਰਦਾਂ ਮੁੱਕਣੀਆਂ ਹੀ ਕੋਈ ਨਹੀਂ ਹੈ ਅੱਲਾਹੁ ਅਕਬਰ ਅੱਲਾਹ ਦਾ ਮਿੱਤਰ ਅਲਾਮਾ ਮੁੰਜ਼ਰੀ ਤਰਗੀਬ ਦੇ ਅੰਦਰ ਸਹੀ ਰਵਾਇਤ ਨਕਲ ਕਰਦੇ ਨੇ 99 99 ਸੱਪ ਲੱਗੇ ਨੀ ਤਿਸੂਨ ਤਿੰਨੀਨਨ 99 ਸੱਪ ਲੱਗੇ ਨੇ ਇੱਕ ਰਵਾਇਤ ਤੇ ਆਉਂਦਾ 70 ਸੱਪ ਨੇ ਇੱਕ ਸੱਪ ਦੇ ਮੂੰਹ ਦੇ ਉੱਤੇ ਨਾ ਅੱਲਾ ਕਿੰਨੇ ਖੌਫਨਾਕ ਸੱਪ ਨੇ ਇੱਕ ਸੱਪ ਦੇ ਮੂੰਹ ਦੇ ਉੱਤੇ ਨਾ 7 ਸਿਰ ਨੇ ਤੇ ਹਰ ਸਿਰ ਦੇ ਉੱਤੇ 7 ਮੂੰਹ ਨੇ ਆਪ ਫਰਮਾਉਂਦੇ ਨੇ ਆ ਯਕੀਨ ਕਰੋ ਇਹ ਸੁਣ ਕੇ ਡਰ ਲੱਗਦਾ ਯਖਦਿਸ਼ੂਨਹੂ ਇਹ ਕੱਟਦੇ ਵੱਢਦੇ ਪਏ ਨੇ ਮਈਤ ਨੂੰ ਇਹ ਜਿਹੜਾ ਬੇਈਮਾਨ ਕਾਫਰ ਅੱਲਾ ਤੇ ਅੱਲਾ ਦੇ ਰਸੂਲ ਦਾ ਮੁਨਕਰ ਬੰਦਾ ਇਹਨੂੰ ਮਾਰਾਂ ਪੈਂਦੀਆਂ ਪਈਆਂ ਨੀ ਸੱਪ ਤੇ ਪਿੱਛੂ ਡੰਗ ਮਾਰਦੇ ਪਏ ਨੇ ਹਾਲਤ ਕੀ ਹੈ ਆ ਸੁਣ ਲਾ ਅੱਲਾ ਦਾ ਕੁਰਾਨ ਕੀ ਕਹਿ ਰਿਹਾ وَنُفِخَ فِي الصُّورِ فَإِذَا هُم مِّنَ الْأَجْدَاثِ إِلَىٰ رَبِّهِمْ يَنْسِلُونَ قَالُوا يَا وَيْلَنَا مَنْ بَعَثَنَا مِن مَّرْقَدِنَا هَٰذَا مَا وَعَدَ الرَّحْمَٰنُ وَصَدَقَ الْمُرْسَلُونَ ਦਾ ਕੁਰਾਨ ਕਹਿੰਦਾ ਪਿਆ ਹੈ ਲੁੱਚੇ ਤੇ ਲਫੰਗੇ ਲੋਕ ਬੇਨਮਾਜ਼ੀ ਲੋਕ ਅੱਲਾ ਤੇ ਅੱਲਾ ਦੇ ਰਸੂਲ ਦੇ ਮੁਨਕਰ ਲੋ ਜਦੋਂ ਕਬਰਾਂ ਚੋਂ ਉੱਠਣਗੇ ਤੇ ਕੀ ਕਹਿਣਗੇ ਯਾ ਵੈਲਨਾ ਮਮ ਬਾਸਨਾ ਮਿਨ ਮਰਕਦਨਾ ਸਾਡੀਆਂ ਆਰਾਮ ਗਾਵਾਂ ਵਿੱਚੋਂ ਸਾਨੂੰ ਕਿੰਨੇ ਬੇਦਾਰ ਕਰ ਛੜਿਆ ਹਾਲਾ 99 99 ਸੱਪ ਡੰਗ ਮਾਰਦੇ ਪਏ ਨੇ ਇੱਕ ਸੱਪ ਡੰਗ ਮਾਰੇ
अल्लाह की कसम दर्दा नहीं जानिया पर क्यामत वालिया हो नागिया कैसिया ने आप फरमाते क्यामत दिया हो नागिया ऐसिया ने आखन गे साडिया राम गावां विचों सानू किन्ने बेदार कर छड़िया या वैलाना मंबा सना मिम्बर कद नाम हाजा मावा दर रहमान व सदक मुरसल आगन गे अल्लाह दे वादे ते पक्के हो गए ना अल्लाह अकबर अल्लाह वीरां जरा ध्यान करी कब्र चो उठन दे मंजर की होंगे मरन तो बाद दे मंजर की होंगे बड़ा लंबा उनवान मैं बड़े इख्तिसार ना बयान करना पिया बंदे कबरां चोटदे पे ने माशर दे मैदान वल जांदे पे ने माशर दा मैदान किथे लगना है अल्लाह दे नबी फरमांदे ने माशर दा मैदान शाम दे मुल्क अंदर लग जाना है सारा जहान ते तबाह ते बर्बाद हो गया लोग कबरां चोटदे पे ने लोकां दियां जीव जीव हालतां ने अल्लाहु अकबर अल्लाह पसरूर वाले हज़रात ध्यान करे ना मरण तो बाद वाले लोग आंदे मरण तो बाद की हालात होने ने कई लोग उठनगे इन सत्य दियां सत्य जमीना सिर ते चुकियां होईयां होणगियां अल्लाह सोने कौम बंदे ने एक टप्पा ते मिट्टी दा चुकियां कोई नहीं जांदा इन सत्य जमीना ही सिर ते चुकियां ने एक कौन लोग ने पता चले गए ओ बंदा जिहड़ा लोकां दियां जमीना ते नजायज कब्जे कर लेंदा सी गरीब दी कंड डिगी है दो गिठा पे नाल ही मिला लई है ना लोकां दियां वट्टां छान छान के इन्हें अपनियां पैलियां बना लईयां कायनात दे सरदार फरमांदे ने जिन्ने के गिठ भी किसे दी जमीन मारी है क्यामत आले दिन सत्ते जमीना सिर ते चौके माशर दे मैदान अंदर चला जाएगा वीरा जरा ध्यान न सुनी ना कई लोग ऐसे होंगे इन्हां दी एक सैंडी मारी हुई होएगी एक सैंडी फाल ज्यादा होएगी वशिको हूं साके तुम एक सैंडी इन्दी मारी हुई है अल्लाह सोने है कौन लोग ने पता चले गए वो बंदा जिन दो बीवियां करा लिया सन दो शादियां करवा लिया सन फिर उन्होंने दरमियान इंसाफ नहीं सी करता एक बार ते गोशत पकदे पे ने दूजी नु दाल भी मुयसर नहीं एक नु दस दस हजार दे सूट लैके देंदा पे दूजी नु जनाब 500 वाला भी मुयसर नहीं आप फरमांदे ने जिन दो शादियां करा लिया दो निकाह करा लेना अल्लाह दे नबी फरमांदे ने फिर उन्हां दे दरमियान इंसाफ नहीं कीता क्यामत आले दिन एक सैडी फाले ज़दा होएगी कसीट दा कसीट दा माशर दे मैदान अंदर चला जाएगा कई लोग ऐसे होंगे ना और वीरा कई लोग ऐसे होंगे इन्हां दे कद कीड़ियां कीड़ियां जिड्डे बना दिते जानगे अल्लाह सोने कौन लोग ने पता चले गए मुतकब्बर लोग ने अमसाल जुर्रे छोटियां कीड़ियां जिड्डे ना देखा दोंगे शक्लां इंसाना जैसियां होणगियां ए दुनिया ते तकब्बर ते गुरूर करदे सन फखर ते चावड़ा करदे सन अपने आप ते मान बड़ा करदे सन अज अल्लाह पाक फरमांदे ने 50,000 साल दा दिन ने मैं लोकां दे पैरां थले मिद के अंदर तकब्बर ही कढ के रख देंगा।